ਸਰ ਓਪਨ ਵਰਕ ਪਰਮਿਟ ਬਾਰੇ ਕੋਈ ਅਪਡੇਸ਼ਨ ਦੇ ਦਿਓ। ਹਾਂਜੀ, ਦੋ ਜ਼ਰੂਰੀ ਬਹੁਤ ਅਪਡੇਸ਼ਨਸ ਨੇ। ਇੱਕ ਤਾਂ ਫੰਡਸ ਨਾਲ ਰਿਲੇਟਡ ਜਿਹੜੀ ਸਭ ਤੋਂ ਵੱਡੀਆਂ ਗਲਤੀਆਂ ਹੋ ਰਹੀਆਂ ਨੇ, ਸਾਨੂੰ ਪਤਾ ਹੋਣਾ ਚਾਹੀਦਾ ਕਿ 23 ਦੇ ਦਸੰਬਰ ਵਿੱਚ ਨਾ ਜਿਹੜੇ ਫੰਡ ਸੀਗੇ ਉਹ ਅਪਡੇਟ ਕਰਤੇ ਸੀਗੇ। ਹਾਈ ਕਮਿਸ਼ਨ ਆਫ ਕੈਨੇਡਾ ਨੇ ਕਹਿਤਾ ਸੀ ਕਿ ਲਾਈਕ ਉਹਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਅਗਲੇ ਫੰਡਸ ਰੱਖਣੇ ਪੈਣਗੇ, ਯਾਨੀ ਕਿ ਜਿੰਨਾ ਕਿਸੇ ਇੱਕ ਕੈਂਡੀਡੇਟ ਦਾ, ਯਾਨੀ ਕਿ ਇੱਕ ਕੈਨੇਡਾ 'ਚ ਰਹਿਣ ਵਾਲੇ ਬੰਦੇ ਦਾ ਜਿਹੜਾ ਖਰਚਾ ਹੈਗਾ, ਜੇ ਉਹ ਨਾਲ ਕੋਈ ਆਪਦਾ ਡਿਪੈਂਡੈਂਟ ਐਡ ਕਰਦਾ ਤਾਂ ਉਸ ਹਿਸਾਬ ਨਾਲ ਪੈਸੇ ਵਧਣਗੇ। ਸੋ ਦੈਟ ਉਹਨਾਂ ਨੇ ਇੱਕ ਪਰਟੀਕੂਲਰ ਅਮਾਊਂਟਸ ਦਿੱਤੀਆਂ ਸੀ ਸਾਨੂੰ, ਯਾਨੀ ਕਿ ਜੇ ਇੱਕ ਜਣਾ ਕੈਨੇਡਾ 'ਚ ਰਹਿੰਦਾ ਤਾਂ ਉਹਦਾ $20,000 ਖਰਚਾ, ਉਹ ਕਹਿੰਦੇ ਸਾਲ ਦਾ। ਜੇ ਤੁਸੀਂ ਦੋ ਜਣੇ ਰਹਿੰਦੇ ਹੋ ਤਾਂ ਸਾਨੂੰ ਘੱਟੋ ਘੱਟ ਤੁਸੀਂ $26,000-$27,000 ਦੇ ਕਰੀਬ ਕਰੀਬ ਸਾਨੂੰ ਤੁਸੀਂ ਪੈਸੇ ਆਪਦੇ ਦਿਖਾਓ, ਜਾਂ ਸ਼ੋ ਕਰੋ, ਜਾਂ GIC ਭਰੋ ਜੇ ਤੁਸੀਂ ਇਕੱਠੇ ਅਪਲਾਈ ਕਰਦੇ ਹੋ। ਪਰ ਜਦੋਂ ਤੁਸੀਂ ਇਕੱਲੇ ਓਪਨ ਵਰਕ ਪਰਮਿਟ ਲਈ ਵੀ ਅਪਲਾਈ ਕਰਦੇ ਹੋ ਤਾਂ ਕੋਸ਼ਿਸ਼ ਕਰੋ ਤੁਹਾਡੀ ਵਾਈਫ ਜਾਂ ਤੁਹਾਡਾ ਜਿਹੜਾ ਸਪਾਊਸ ਕੈਨੇਡਾ ਰਹਿੰਦਾ ਤੇ ਤੁਹਾਡੇ ਇੱਧਰ ਇੰਡੀਆ ਰਹਿੰਦੇ ਸਪਾਊਸ ਦੇ ਅਕਾਊਂਟ ਦੇ ਵਿੱਚ ਮਿਲਾ ਕੇ ਦੋਨਾਂ ਦਾ $25,000-$26,000 ਬਣਨਾ ਚਾਹੀਦਾ। ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਆ, ਹਾਲੇ ਤੱਕ ਕੈਂਡੀਡੇਟਸ ਦੇ ਦਿਮਾਗ ਦੇ ਵਿੱਚ ਇਹੀ ਆ ਕਿ ਅੱਜ ਵੀ ਨੌਕ ਕੋਡ ਦੇ ਹਿਸਾਬ ਨਾਲ ਹੀ ਕੇਸ ਅਪਲਾਈ ਹੁੰਦਾ, ਜੋ ਕਿ ਖਤਮ ਕਰ ਦਿੱਤਾ ਗਿਆ ਸੀ। ਇਸ ਵਕਤ ਤੁਸੀਂ ਕਿਸੇ ਵੀ ਨੌਕ ਕੋਡ ਦੇ ਵਿੱਚ ਜੌਬ ਕਰ ਰਹੇ ਹੋ, ਚਾਹੇ ਤੁਹਾਡੀ NOC 0A ਵੀ ਨਹੀਂ ਗੀ, ਸੀ ਕੋਡ ਦੇ ਅੰਡਰ ਵੀ ਕਰਦੇ ਹੋ ਜਾਂ ਹੋਰ ਵੀ ਕੋਈ ਜੌਬ ਕਰਦੇ ਹੋ, ਤਾਂ ਤੁਸੀਂ ਕੇਸ ਆਪਦਾ ਵਰਕ ਪਰਮਿਟ ਆਪਦੇ ਸਪਾਊਸ ਦਾ ਅਪਲਾਈ ਕਰ ਸਕਦੇ ਹੋ। ਪਰ ਤੁਹਾਡੀ ਜੌਬ ਆ ਜਿਹੜੀ ਉਹ ਸੀਜ਼ਨਲ ਜੌਬ ਨਹੀਂ ਹੋਣੀ ਚਾਹੀਦੀ, ਯਾਨੀ ਕਿ ਜਿਵੇਂ ਖੇਤੀਬਾੜੀ ਹੋ ਗਈ, ਜਿਵੇਂ ਤੁਸੀਂ ਬੇਰੀ ਤੋੜਨ ਲੱਗ ਜਾਓ, ਇੱਕ ਸੀਜ਼ਨਲ ਜੌਬ ਆ, ਇਹ ਨਹੀਂ ਹੋਣੀ ਚਾਹੀਦੀ। ਤੁਸੀਂ ਕਿੰਨੇ ਡਾਲਰ ਤੇ ਕੰਮ ਕਰਦੇ ਹੋ, ਭਾਵੇਂ ਲੋ ਵੇਜਸ ਤੇ ਕੰਮ ਕਰਦੇ ਹੋ, ਭਾਵੇਂ ਹਾਈ ਵੇਜਸ ਤੇ ਕੰਮ ਕਰਦੇ ਹੋ, ਕਿਸੇ ਵੀ ਨੌਕ ਕੋਡ ਅੰਡਰ ਕੰਮ ਕਰਦੇ ਹੋ, ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਥੈਂਕ ਯੂ।